ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਨਮਸਕਾਰ। ਤੁਹਾਡਾ ਸਾਰਿਆਂ ਦਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਤੋ ਚੱਲਦੇ ਹਾਂ ਆਪਣੇ ਪਾਠ ਨੰਬਰ 70 ਦੇ ਉੱਪਰ। ਉਮੀਦ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਦੇ ਜਿਹੜੇ 69 ਪਾਠ ਹਨ ਸਾਰਿਆਂ ਦੀ ਰਿਵੀਜ਼ਨ ਚੰਗੀ ਤਰ੍ਹਾਂ ਕੀਤੀ ਹੋਏਗੀ, ਕਿਉਂਕਿ ਜੇ ਰਿਵੀਜ਼ਨ ਦੇ ਵਿੱਚ ਤੁਸੀਂ ਕੱਚੇ ਹੋ ਤਾਂ ਲਾਇਸੈਂਸ ਲੈਣ ਦੇ ਵਿੱਚ ਵੀ ਦਿੱਕਤ ਆ ਸਕਦੀ ਹੈ। ਇਸ ਕਰਕੇ 70ਵਾਂ ਭਾਗ ਕਰਨ ਤੋਂ ਪਹਿਲਾਂ ਕੋਸ਼ਿਸ਼ ਕਰ ਲਿਓ ਕਿ ਤੁਸੀਂ ਸਾਡੀਆਂ ਸਾਰੀਆਂ ਜਿਹੜੀਆਂ ਪਹਿਲੀਆਂ ਵੀਡੀਓ ਹਨ ਉਹਨਾਂ ਦੇ ਵਿੱਚ ਜਿਹੜੀ ਮਹਾਰਤ ਹਾਸਲ ਕਰ ਲੈਣੀ ਜ਼ਰੂਰੀ ਹੈ, ਅਤੇ ਬਾਕੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ। ਜਿਹੜਾ ਅੱਜ ਦਾ ਆਪਣਾ ਨਿਸ਼ਾਨ ਹੈ ਜੀ, ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ, ਇਸਨੂੰ ਕਹਿੰਦੇ ਹਨ 17 ਸਦਰੁਚੀਓ ਵਿਓਲੇ। ਠੀਕ ਹੈ ਜੀ, ਮੋਲੇ ਇੱਕ ਤਿਲਕਣ ਵਾਲੀ ਸੜਕ ਜਿਹੜੀ ਹੁੰਦੀ ਹੈ ਤਿਲਕਦੀ ਹੈ। ਇੱਥੇ ਤੁਹਾਨੂੰ ਤਸਵੀਰ ਵਿੱਚ ਟ੍ਰੈਂਗਲ ਦਿਖਾਈ ਦੇ ਰਹੀ ਹੈ, ਇਹਦੇ ਵਿੱਚ ਇੱਕ ਕਾਰ ਜਿਹਦੇ ਪਿੱਛੇ ਦੋ ਲਾਈਨਾਂ ਲੱਗੀਆਂ ਹੋਈਆਂ ਟਾਇਰਾਂ ਥੱਲੇ ਤੁਸੀਂ ਦੇਖ ਸਕਦੇ ਹੋ। ਇਹਦਾ ਮਤਲਬ ਇਹੀ ਹੁੰਦਾ ਹੈ ਕਿ ਜਿਹੜੀ ਅੱਗੇ ਸੜਕ ਹੈ ਉਹਦੇ ਉੱਤੇ ਤਿਲਕਣ ਹੋ ਸਕਦੀ ਹੈ, ਤਿਲਕਣ ਮੌਸਮ ਦੇ ਹਿਸਾਬ ਨਾਲ ਵੀ ਹੋ ਸਕਦੀ ਹੈ, ਖਾਸ ਕਰ ਜਦੋਂ ਕਿ ਬਰਫ਼ਬਾਰੀ ਦਾ ਮੌਸਮ ਹੁੰਦਾ ਹੈ ਜਾਂ ਮੀਂਹ ਦਾ ਮੌਸਮ ਹੁੰਦਾ ਹੈ, ਤਾਂ ਉਸ ਟਾਈਮ ਜਿਹੜੀ ਇਹ ਸੜਕ ਹੁੰਦੀ ਹੈ ਜਿੱਥੇ ਨਿਸ਼ਾਨ ਤੁਹਾਨੂੰ ਮਿਲਦਾ ਹੈ, ਇਹ ਸੜਕ ਦੇ ਉੱਤੇ ਜਿਹੜੀ ਗੱਡੀ ਹੈ ਜੀ ਤੁਸੀਂ ਬਹੁਤ ਧਿਆਨ ਦੇ ਨਾਲ ਚਲਾਉਣੀ ਹੈ, ਕਿਉਂਕਿ ਕੋਈ ਵੀ ਦੁਰਘਟਨਾ ਵਗੈਰਾ ਹੋ ਸਕਦੀ ਹੈ। ਜਿੱਥੇ ਵੀ ਤੁਹਾਨੂੰ ਇਹ ਨਿਸ਼ਾਨ ਮਿਲਦਾ ਹੈ ਉਸ ਜਗ੍ਹਾ ਦੇ ਉੱਤੇ ਸਪੀਡ ਜਿਹੜੀ ਹੈ ਤੁਸੀਂ ਮੁਦਰਾਰੇ ਕਰ ਲੈਣੀ ਹੈ, ਘੱਟ ਕਰ ਲੈਣੀ ਹੈ, ਅਤੇ ਹਮੇਸ਼ਾ ਹੀ ਮਤਲਬ ਇਸ ਚੀਜ਼ ਦਾ ਖਿਆਲ ਰੱਖਣਾ ਕਿ ਸੜਕ ਦੇ ਉੱਤੇ ਕੁਝ ਵੀ ਤੁਹਾਨੂੰ ਜਿਹੜਾ ਅਸੰਭਵ ਚੀਜ਼ਾਂ ਹਨ ਉਹ ਮਿਲ ਸਕਦੀਆਂ, ਤਿਲਕਣ ਹੋ ਸਕਦੀ ਹੈ, ਜਾਂ ਕੋਈ ਬਰਫ਼ ਵਗੈਰਾ ਦੇ ਵਿੱਚ ਜ਼ਿਆਦਾ ਪਹੀਏ ਖਿਸਕਣ ਦਾ ਡਰ ਹੁੰਦਾ ਹੈ। ਹੁਣ ਚੱਲਦੇ ਹਾਂ ਪਹਿਲੇ ਸਵਾਲ ਦੇ ਉੱਤੇ। ਇਨ ਪ੍ਰਜੈਂਸ ਦਿਲ ਸੁਨਿਆਲੇ ਰਫੀਗਰਾਤੋ ਇਹ ਨੈਚੇਸਾਰੀਓ, ਨੈਚੇਸਾਰੀ ਹੁੰਦਾ ਜ਼ਰੂਰੀ। ਮੋਦਰਾਰੇ ਲੈਵਲ ਉੱਚ, ਤਾਂ ਮੋਦਰਾਰੇ ਮਤਲਬ ਘਟਾਉਣਾ, ਸਪੀਡ ਨੂੰ ਇੱਕ ਕੰਟਰੋਲ ਦੇ ਵਿੱਚ ਕਰ ਲੈਣਾ। ਐਡ ਐਵੀਤਾਰੇ ਬਰੂਸ਼ੇ ਫਰੇਨਾ, ਅਤੇ ਬਰੂਸ਼ੇ ਫਰੇਨਾ 'ਤੇ ਕੀ ਹੁੰਦੇ ਹਨ, ਜਿੱਦਾਂ ਕਿ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਜਦੋਂ ਬ੍ਰੇਕ ਲਾਉਂਦੇ ਹਨ ਇੱਕਦਮ, ਜਿਹੜੀਆਂ ਪਿੱਛੇ ਸਵਾਰੀਆਂ ਬੈਠੀਆਂ ਹਨ ਉਹ ਵੀ ਕਈ ਵਾਰ ਅੱਗੇ ਨੂੰ ਜਾ ਕੇ ਡਿੱਗਦੀਆਂ ਹਨ, ਇਸ ਨੂੰ ਕਹਿੰਦੇ ਹਨ ਬਰੂਸ਼ੇ ਫਰੇਨਾ 'ਤੇ, ਮਤਲਬ ਬੁਰੀ ਤਰ੍ਹਾਂ ਨਾਲ ਬ੍ਰੇਕਾਂ ਲਾਉਣੀਆਂ। ਇਹ ਉਹੀ ਲੋਕ ਕਰਦੇ ਹਨ ਜਿਨ੍ਹਾਂ ਦਾ ਜਿਹੜੀ ਪਕੜ ਹੁੰਦੀ ਹੈ ਡਰਾਈਵਿੰਗ ਦੇ ਉੱਤੇ ਘੱਟ ਹੁੰਦੀ ਹੈ, ਜਾਂ ਕਈ ਵਾਰ ਕਈ ਲੋਕ ਜਿਹੜੇ ਕੱਚੇ ਡਰਾਈਵਰ ਹੁੰਦੇ ਹਨ ਉਹ ਕੀ ਕਰਦੇ ਹਨ ਕਿ ਜਦੋਂ ਗੱਡੀ ਦੀ ਡਰਾਈਵਿੰਗ ਸੀਟ ਦੇ ਉੱਤੇ ਬੈਠਦੇ ਹਨ ਤਾਂ ਇੱਕਦਮ ਗੱਡੀ ਨੂੰ ਤੇਜ਼ ਕਰਦੇ ਹਨ, ਜ਼ਿਆਦਾ ਤੋਂ ਜ਼ਿਆਦਾ ਰੇਸ ਦੇਣ ਦੀ ਕੋਸ਼ਿਸ਼ ਕਰਦੇ ਹਨ, ਜਾਂ ਇੱਕਦਮ ਬ੍ਰੇਕ ਲਾਉਂਦੇ ਹਨ, ਜਾਂ ਜਦੋਂ ਮੋੜ ਵਗੈਰਾ ਕੱਟਦੇ ਹਨ ਤਾਂ ਸਵਾਰੀਆਂ ਇੱਧਰੋਂ ਉੱਧਰ ਹਿਲਦੀਆਂ ਹਨ ਉਸ ਦੇ ਵਿੱਚ। ਠੀਕ ਹੈ ਜੀ, ਇਹ ਇੱਕ ਕੱਚੇ ਡਰਾਈਵਰ ਦੀ ਪਛਾਣ ਹੁੰਦੀ ਹੈ ਜਿਸ ਨੂੰ ਕਿ ਜਾਣਕਾਰੀ ਜ਼ਿਆਦਾ ਨਹੀਂ ਹੁੰਦੀ। ਅਤੇ ਚੱਲਦੇ ਹਾਂ ਦੂਸਰੇ ਸਵਾਲ ਦੇ ਉੱਤੇ। ਦੂਸਰਾ ਸਵਾਲ ਹੈ ਜੀ, ਇਨ ਪ੍ਰਜੈਂਸ ਦੇ ਸੁਨਿਆਲੇ ਰਫੀਗਰਾਤੋ ਇਹ ਨੈਚੇਸਾਰੀਓ ਮੋਦਰਾਰੇ ਲੈਵਲ ਉੱਚ, ਤਾਂ ਐਡ ਐਵੀਤਾਰੇ ਬਰੂਸ਼ੇ ਚੈਲਰਾਰੇ ਇਨ ਕਾਜ਼ੋ ਦੀ ਗਿਆਚੋ। ਦੂਜਾ ਸਵਾਲ ਇਸ ਤਰ੍ਹਾਂ ਹੈ ਕਿ ਜਿਹੜਾ ਇਹ ਨਿਸ਼ਾਨ ਇਹ ਦੱਸਦਾ ਹੈ, ਇਸ ਚੀਜ਼ ਦੇ ਬਾਰੇ ਦੱਸਦਾ ਹੈ ਕਿ ਆਪਾਂ ਨੂੰ ਜਿਹੜੀ ਸਪੀਡ ਹੈ ਜੀ ਗੱਡੀ ਦੀ ਉਸਨੂੰ ਆਪਾਂ ਨੂੰ ਮੋਦਰਾਰੇ ਕਰ ਲੈਣਾ ਚਾਹੀਦਾ, ਮਤਲਬ ਜ਼ਰੂਰਤ ਦੇ ਹਿਸਾਬ ਨਾਲ ਕਰ ਲੈਣਾ ਚਾਹੀਦਾ ਹੈ। ਅਤੇ ਜਿਹੜੀਆਂ ਬ੍ਰੇਕਾਂ ਹਨ ਇੱਕਦਮ ਅਚਾਨਕ ਬ੍ਰੇਕਾਂ ਹਨ, ਜਿੱਦਾਂ ਕਿ ਖਾਸ ਕਰ ਜੇ ਬਰਫ਼ ਪਈ ਹੋਵੇ ਸੜਕ ਦੇ ਉੱਤੇ, ਤਾਂ ਉਸ ਤੋਂ ਬਚਣਾ ਚਾਹੀਦਾ ਹੈ। ਹੁਣ ਇਹਦੇ ਵਿੱਚ ਆਪਾਂ ਜਿਹੜਾ ਪਹਿਲਾ ਸਵਾਲ ਇਸ ਤੋਂ ਕੀਤਾ ਸੀ ਉਸਦੀ ਜਿਹੜੀ ਵਿਆਖਿਆ ਆਪਾਂ ਤੁਹਾਨੂੰ ਨਹੀਂ ਦੱਸ ਸਕੇ, ਦੁਬਾਰਾ ਉਹ ਪਹਿਲੇ ਸਵਾਲ ਦੀ ਵਿਆਖਿਆ ਦੱਸ ਰਹੇ ਹਾਂ। ਇਹਨੂੰ ਪ੍ਰਜੈਂਸ ਤਿਲਸਿਆਂ ਲਈ ਰਫੀਗਰਾ ਤੋਂ ਇਹ ਨੈਚੇਸਾਰੀਓ ਮੋਦੇਰਾਰੇ ਲੈਵਲ ਉੱਚਿਤ ਐਂਡ ਐਵੀਤਾਰੇ ਫਰੇਨਾ ਅਤੇ ਇਨ ਕਾਜ਼ੋ ਦੀ ਪਿਓਜਾ। ਉਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ ਉਸ ਨਿਸ਼ਾਨ ਦੇ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਸਪੀਡ ਨੂੰ ਘੱਟ ਕਰ ਲੈਣਾ ਹੈ, ਖਾਸ ਕਰ ਜੇ ਮੀਂਹ ਵਗੈਰਾ ਪੈ ਰਿਹਾ ਹੈ ਤਾਂ ਉੱਥੇ ਤੁਸੀਂ ਇੱਕਦਮ ਜਿਹੜੀ ਬ੍ਰੇਕ ਹੈ ਜੀ ਅਚਾਨਕ ਨਹੀਂ ਮਾਰਨੀ। ਤੁਸੀਂ ਚੱਲਦੇ ਹਾਂ ਆਪਣੇ ਨੈਕਸਟ ਸਵਾਲ ਦੇ ਉੱਤੇ। ਇਨ ਪ੍ਰਜੈਂਸਾ ਦੇ ਸੁਨਿਆਲੇ ਰਫੀਗਰਾ ਤੋਂ ਇਹ ਨੈਚੇਸਾਰੀਓ ਮੋਦਰਾਰੇ ਲੈਵਲ ਉੱਚਿਤ ਐਡ ਐਵੀਤਾਰੇ ਬਰੂਸ਼ੇ ਸਤਰੇ ਜ਼ਾਤੇ ਇਨ ਕਾਜ਼ੋ ਦੀ ਪਿਓਜਾ। ਹੁਣ ਬਰੂਸ਼ੇ ਸਤਰੇ ਜ਼ਾਤੇ ਕੀ ਹੁੰਦੇ ਆ, ਪਰ ਤੁਹਾਨੂੰ ਇਹ ਦੱਸੀਏ ਬਰੂਸ਼ੇ ਸਤਰੇ ਜ਼ਾਤੇ ਹੁੰਦੇ ਆ, ਜਿੱਦਾਂ ਕਿ ਤੁਸੀਂ ਇੱਕਦਮ ਸਟੀਅਰਿੰਗ ਕਈ ਵਾਰ ਸੱਜੇ ਖੱਬੇ ਨੂੰ ਘੁਮਾਉਂਦੇ ਹੋ, ਜਿਹਦੇ ਨਾਲ ਗੱਡੀ ਇੱਕ ਝਟਕੇ ਨਾਲ ਸੱਜੇ ਪਾਸੇ ਨੂੰ ਜਾਂ ਖੱਬੇ ਪਾਸੇ ਨੂੰ ਹੁੰਦੀ ਹੈ, ਅਚਾਨਕ ਜਿੱਦਾਂ ਇੱਕਦਮ ਤੇਜ਼ੀ ਨਾਲ ਗੱਡੀ ਨੂੰ ਸੱਜੇ ਜਾਂ ਖੱਬੇ ਪਾਸੇ ਵੱਲ ਨੂੰ ਮੋੜਨਾ, ਇੱਕਦਮ ਸਟੀਅਰਿੰਗ ਤੇਜ਼ ਘੁਮਾਉਣਾ, ਇਸ ਨੂੰ ਕਹਿੰਦੇ ਨੇ ਬਰੂਸ਼ੇ ਸਤਰੇ ਜ਼ਾਤੇ। ਉਹ ਕਹਿ ਰਿਹਾ ਹੈ ਕਿ ਖਾਸ ਕਰ ਤੁਸੀਂ ਇਹ ਜਿਹੜਾ ਸਿਗਨਲ ਹੈ ਜੀ ਇਸ ਚੀਜ਼ ਦੀ ਗਰੰਟੀ ਦਿੰਦਾ, ਇਸ ਚੀਜ਼ ਦੀ ਮਤਲਬ ਇੱਕ ਦਰਸਾਉਂਦਾ ਇਸ ਚੀਜ਼ ਨੂੰ ਕਿ ਜਿਹੜੀ ਸਪੀਡ ਹੈ ਜੀ ਗੱਡੀ ਦੀ, ਖਾਸ ਕਰ ਤੁਹਾਨੂੰ ਜਿਹੜੀ ਉਸਨੂੰ ਮੋਦੇਰਾਰੇ ਕਰ ਲੈਣਾ ਚਾਹੀਦਾ, ਖਾਸ ਕਰ ਮੀਂਹ ਦੇ ਸਮੇਂ ਦੇ ਵਿੱਚ, ਅਤੇ ਇਸ ਚੀਜ਼ ਤੋਂ ਬਚਣਾ ਚਾਹੀਦਾ ਇੱਕਦਮ ਸਟੀਅਰਿੰਗ ਨੂੰ ਸੱਜੇ ਜਾਂ ਖੱਬੇ ਪਾਸੇ ਨੂੰ ਘੁਮਾਉਣਾ, ਮਤਲਬ ਗੱਡੀ ਨੂੰ ਜ਼ਿਆਦਾ ਨਹੀਂ ਜਿੱਦਾਂ ਕਿ ਜਿਗ ਜੈਗ ਦੇ ਤਰੀਕੇ ਨਾਲ ਇਸ ਨੂੰ ਜ਼ਿਆਦਾ ਨਹੀਂ ਕਰਨਾ, ਕੋਸ਼ਿਸ਼ ਕਰੋ ਕਿ ਗੱਡੀ ਜਿਹੜੀ ਹੈ ਜੀ ਸਮੂਥ ਔਰ ਸਿੱਧੀ ਚੱਲੇ। ਅਗਲਾ ਸਵਾਲ ਹੈ ਜੀ, ਪ੍ਰਜੈਂਸ ਦਿਲ ਸਿਆਲੇ ਰਫੀਗਰਾ ਤੋਂ ਇਹ ਨੈਚੇਸਾਰੀਓ ਮੋਦਰਾਰੇ ਲੈਵਲ ਉੱਚ, ਤਾਂ ਇਹ ਤਨੇਰੇ ਪ੍ਰਜੈਂਤੇ। ਹੁਣ ਇਹਦੇ ਵਿੱਚ ਤਨੇਰੇ ਪ੍ਰਜੈਂਤੇ ਕੀ ਹੁੰਦਾ ਕਿ ਇਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਹੈ, ਆਪਣੇ ਦਿਮਾਗ ਦੇ ਵਿੱਚ ਮਾਇੰਡ ਵਿੱਚ ਰੱਖਣਾ, ਕੀਪ ਇਨ ਮਾਇੰਡ ਕਿ ਲਾ ਦਿਸਟੈਂਸਾ ਦੀ ਸ਼ੁਕਰੀਸਾ। ਦਿਸਟਾਂਸਾ ਦੀ ਸ਼ੁਕਰੀਸਾ ਕੀ ਹੁੰਦੀ ਹੈ, ਦਿਸਟਾਂਸਾ ਦੀ ਸ਼ੁਕਰੀਸਾ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਸੜਕ ਦੇ ਉੱਤੇ ਜਾ ਰਹੇ ਹੋ ਤਾਂ ਇੱਕ ਗੱਡੀ ਤੁਹਾਡੇ ਸਾਹਮਣੇ ਚੱਲ ਰਹੀ ਹੈ ਅਤੇ ਤੁਸੀਂ ਉਸਦੇ ਪਿੱਛੇ ਪਿੱਛੇ ਜਾ ਰਹੇ। ਤੁਸੀਂ ਇੰਡੀਆ ਵਿੱਚ ਕਈ ਵਾਰ ਦੇਖਿਆ ਹੋਏਗਾ ਕਿ ਬੱਸਾਂ ਵਿੱਚ ਬੈਠ ਕੇ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਮੂਹਰੇ ਤੁਹਾਡੇ ਕਾਰ ਜਾ ਰਹੀ ਹੈ ਅਤੇ ਪਿੱਛੇ ਇੱਕ ਬੱਸ ਡਰਾਈਵਰ ਬੱਸ ਲੈ ਕੇ ਆ ਰਿਹਾ ਹੈ, ਉਹ ਬੱਸ ਦਾ ਲਗਾਤਾਰ ਹੌਰਨ ਵਜਾਉਂਦਾ ਹੈ,
ਅਤੇ ਕਾਰ ਵਾਲਾ ਬੰਦਾ ਉਸਨੂੰ ਸਾਈਡ ਨਹੀਂ ਦਿੰਦਾ, ਅਤੇ ਉਹ ਕੀ ਕਰਦਾ ਹੈ ਕਿ ਕਾਰ ਦੇ ਵਿੱਚ ਔਰ ਬੱਸ ਦੇ ਵਿੱਚ ਸਿਰਫ ਕਈ ਵਾਰ 2 ਮੀਟਰ ਦਾ ਡਿਸਟੈਂਸ ਹੀ ਹੁੰਦਾ ਹੈ, ਠੀਕ ਹੈ ਜੀ, ਵੀ ਇੰਨੀ ਉਸਦੇ ਨਜ਼ਦੀਕ ਗੱਡੀ ਲੈ ਜਾਂਦਾ ਹੈ। ਬੋਲੇ ਇੰਨੀ ਗਲਤ ਡਰਾਈਵਿੰਗ ਹੈ। ਅਤੇ ਡਿਸਟਾਂਸਾਂ ਦੀ ਸਿਕੁਰੇਸਾ ਹੁੰਦਾ ਹੈ ਕਿ ਇੱਕ ਜਿਹੜਾ ਦੋਨਾਂ ਗੱਡੀਆਂ ਦੇ ਵਿੱਚ ਗੈਪ ਹੋਣਾ ਜ਼ਰੂਰੀ ਹੁੰਦਾ ਹੈ। ਹੁਣ ਯੂਰਪ ਦੇ ਵਿੱਚ ਸਾਨੂੰ ਪਤਾ ਕਿ ਲੋਕ ਜਿਹੜੇ ਹਨ ਇਹਨੇ ਬਹੁਤ ਜ਼ਿਆਦਾ ਸਮਝਦਾਰੀ ਸੜਕਾਂ ਦੇ ਉੱਤੇ ਦਿਖਾਉਂਦੇ ਹਨ, ਇਸ ਕਰਕੇ ਨਾ ਲੋਕਾਂ ਨੂੰ ਪਤਾ ਹੈ ਕਿ ਜਿਹੜੀ ਗੱਡੀ ਹੈ ਜੀ ਦੂਜੀ ਗੱਡੀ ਦੇ ਕਿੰਨੇ ਕੁ ਨੇੜੇ ਲੈ ਕੇ ਜਾਣੀ ਹੈ। ਇਹਦੇ ਵਿੱਚ ਡਿਸਟੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨੀ ਜ਼ਿਆਦਾ ਸਪੀਡ 'ਤੇ ਤੁਸੀਂ ਗੱਡੀ ਚਲਾਓਗੇ ਉਨਾ ਜ਼ਿਆਦਾ ਡਿਸਟੈਂਸ ਹੋਣਾ ਜ਼ਰੂਰੀ ਹੁੰਦਾ ਹੈ। ਦੋਸਤੋ ਇਹ ਗੱਲਾਂ ਜਿਹੜੀਆਂ ਤੁਹਾਨੂੰ ਨਾਲ ਨਾਲ ਸਮਝਾਉਂਦੇ ਹਾਂ, ਇਸ ਕਰਕੇ ਸਮਝਾਈਆਂ ਜਾਂਦੀਆਂ ਹਨ ਕਿ ਜਦੋਂ ਤੁਸੀਂ ਲਾਇਸੈਂਸ ਲੈਣਾ ਹੈ ਤਾਂ ਉਸ ਟਾਈਮ ਜਿਹੜੀਆਂ ਚੀਜ਼ਾਂ ਤੁਹਾਨੂੰ ਇਹੋ ਜਿਹੀਆਂ ਫੇਸ ਨਾ ਕਰਨੀਆਂ ਪੈਣ। ਹੁਣ ਇਸ ਨਿਸ਼ਾਨ ਦਾ ਮਤਲਬ ਇਹ ਹੈ ਕਿ ਇਹਨੇ ਪ੍ਰਜੈਂਸਾ ਦੇ ਲਿਸਾਨ ਲਈ ਰਫੀਗਰਾ ਤੋਂ ਇਹਨੇ ਸਾਰੀ ਮੁਦਰਾ ਲੈ ਲਵਲ ਉੱਚਿਤ ਹੈ। ਜੋ ਤੁਸੀਂ ਇਹ ਨਿਸ਼ਾਨ ਦੇਖਦੇ ਹੋ ਤਾਂ ਇਸ ਨਿਸ਼ਾਨ ਨੂੰ ਦੇਖਦੇ ਸਾਰੇ ਤੁਸੀਂ ਜਿਹੜੀ ਸਪੀਡ ਹੈ ਜੀ ਉਸਨੂੰ ਮੁਦਰਾਰੇ ਕਰ ਲੈਣਾ ਹੈ, ਉਸਨੂੰ ਅੰਡਰ ਕੰਟਰੋਲ ਕਰ ਲੈਣਾ ਹੈ। ਅਤੇ ਦਿਮਾਗ ਦੇ ਵਿੱਚ ਇਹ ਵੀ ਰੱਖਣਾ ਹੈ ਕਿਤਨੇ ਰਿਪ੍ਰਜੈਂਟ ਅਤੇ ਕਿਹੜਾ ਡਿਸਟਾਂਸਾਂ ਦੀ ਸਿਕੁਰੇਸਾ ਓਮੈਂਤਾ ਇਨ ਕਾਜ਼ੋ ਦੀ ਗਿਆਚੋ, ਕਿ ਜਿਹੜੀ ਡਿਸਟਾਂਸਾਂ ਦੀ ਸਿਕੁਰੇਸਾ ਹੈ ਉਸਨੂੰ ਤੁਸੀਂ ਵਧਾ ਦੇਣਾ ਹੈ, ਖਾਸ ਕਰ ਜੇ ਸੜਕ ਦੇ ਉੱਤੇ ਬਰਫ਼ ਪਈ ਹੋਵੇ। ਮਤਲਬ ਜਿੱਥੇ ਪਹਿਲਾਂ 100 ਮੀਟਰ ਦਾ ਡਿਸਟੈਂਸ ਸੀ ਤੁਸੀਂ ਦੂਜੀ ਗੱਡੀ ਵਿੱਚ ਰੱਖਦੇ, ਅਤੇ ਹੁਣ ਤੁਸੀਂ ਕੋਸ਼ਿਸ਼ ਕਰੋ ਕਿ ਉਸਨੂੰ ਜ਼ਿਆਦਾ ਕਰ ਦਿਓ, ਦੂਜੀ ਗੱਡੀ ਤੋਂ ਜ਼ਿਆਦਾ ਪਿੱਛੇ ਆਪਣੀ ਗੱਡੀ ਰੱਖੋ, ਤਾਂ ਕਿ ਅਚਾਨਕ ਅਗਰ ਗੱਡੀ ਸਲਿੱਪ ਵੀ ਹੁੰਦੀ ਹੈ ਤਾਂ ਉਸਦੇ ਵਿੱਚ ਨਾ ਲੱਗੇ। ਚੱਲਦੇ ਹਾਂ ਜੀ, ਨੈਕਸਟ ਸਵਾਲ ਫਾਲਸੋ ਹੈ ਜੀ, ਲਾਲ ਰੰਗ ਦੇ ਵਿੱਚ ਹੈ ਅਤੇ ਫਾਲਸੋ ਸਵਾਲ ਹੁੰਦੇ ਹਨ, ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਫੋਲੋ ਨਹੀਂ ਕਰਨਾ। ਮਤਲਬ ਇਸ ਨੂੰ ਦਿਮਾਗ ਦੇ ਵਿੱਚ ਇਹ ਰੱਖਣਾ ਹੈ, ਇਨ ਪ੍ਰਜੈਂਸਾ ਦਿਲ ਸਨੇਲੇ ਰਫੀਗਰਾ ਤੋਂ ਇਹ ਨੈਚੇਸਾਰੀਓ ਤਨੇਰੇ ਪ੍ਰਜੈਂਤੇ ਕੇਲਾ ਦਿਸਤਾਂਸਾ ਦੀ ਫਰੇਨਾ ਤੂਰਾ ਦਿਮੀਨੂਸ਼ੀ ਇਨ ਕਾਜ਼ੋ ਦੀ ਪਿਓਜਾ। ਉਹ ਕਹਿੰਦਾ ਹੈ ਕਿ ਇਸ ਨਿਸ਼ਾਨ ਦਾ ਮਤਲਬ ਇਹ ਦਰਸਾਉਂਦਾ ਹੈ, ਤੁਸੀਂ ਇਹ ਦਿਮਾਗ ਦੇ ਵਿੱਚ ਰੱਖਣਾ ਹੈ ਕਿ ਦਿਸਤਾਂਸਾ ਦੀ ਫਰੇਨਾ ਤੂਰਾ, ਦਿਸਤਾਂਸਾ ਦੀ ਫਰੇਨਾ ਤੂਰਾ ਨੇ ਦੱਸਿਆ ਹੈ ਕਿ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਦਿਸਤਾਂਸਾ ਦੀ ਸਿਕੁਰੇਸਾ, ਇਹਦੇ ਵਿੱਚ ਨੇ ਕੀ ਕਿਹਾ ਕਿ ਦਿਸਤਾਂਸਾ ਦੀ ਫਰੇਨਾ ਤੂਰਾ ਦਿਮੀਨੂਸ਼ੀ, ਦਿਮੀਨੂਸ਼ੀ ਹੁੰਦੇ ਘਟਣਾ, ਇਨ ਕਾਜ਼ੋ ਦੀ ਪਿਓਜਾ ਮੀਂਹ ਪੈਣ ਦੇ ਸਮੇਂ ਦੌਰਾਨ ਜਿਹੜੀ ਹੈ ਜੀ ਦਿਸਤਾਂਸਾ ਦੀ ਫਰੀਨਾ ਤੂਰਾ ਉਹ ਘੱਟਦੀ ਹੈ। ਇਹਦੇ ਵਿੱਚ ਇਸਨੇ ਇੱਥੇ ਹੇਰਾਫੇਰੀ ਕੀਤੀ ਹੈ ਫਰੀਨਾ ਤੂਰਾ ਲਿਖ ਕੇ, ਜਦੋਂ ਕਿ ਦਿਸਤਾਂਸਾ ਦੀ ਸਿਕੁਰੇਸਾ ਇੱਥੇ ਹੋਣਾ ਚਾਹੀਦਾ ਸੀ। ਅਤੇ ਇਸ ਤਰ੍ਹਾਂ ਇਹ ਜਿਹੜਾ ਸਵਾਲ ਹੈ ਜੀ ਗਲਤ ਹੈ। ਚੱਲਦੇ ਹਾਂ ਜੀ ਅਗਲੇ ਸਵਾਲ ਦੇ ਉੱਤੇ, ਇਨ ਪ੍ਰਜੈਂਸਾ ਦਿਲ ਸੁਨੇਲੇ ਰਫੀਗਰਾ ਤੋਂ ਇਹ ਨੈਚੇਸਾਰੀਓ, ਜਦੋਂ ਵੀ ਤੁਸੀਂ ਇਹ ਨਿਸ਼ਾਨ ਦੇਖਦੇ ਹੋ ਇਹ ਨਿਸ਼ਾਨ ਇਹ ਦਰਸਾਉਂਦਾ ਹੈ ਕਿ ਨੈਚੇਸਾਰੀਓ ਜ਼ਰੂਰੀ ਹੈ ਦਿਮੀਨੂਰੇ ਲਾ ਦਿਸਤਾਂਸਾ ਦਿਲ ਵੀ ਕੋਲੋ ਕੇ ਚੀ ਪਰਚੇ ਦੇ ਇਨ ਕਾਜ਼ੋ ਦੀ ਪਿਓਜਾ। ਉਹ ਕਹਿੰਦੇ ਕਿ ਜ਼ਰੂਰੀ ਹੈ ਕਿ ਸਾਨੂੰ ਜਿਹੜਾ ਦਿਮੀਨੂਰੇ ਮਤਲਬ ਦਿਸਤਾਂਸਾ ਦੀ ਵਹੀਕਲ ਜਿਹੜਾ ਸਾਹਮਣੇ ਆਪਣੀ ਗੱਡੀ ਚੱਲ ਰਹੀ ਹੈ ਉਹਦੇ ਨਾਲ ਜਿਹੜਾ ਆਪਣਾ ਡਿਸਟੈਂਸ ਹੈ ਉਸਨੂੰ ਘੱਟ ਕਰਨਾ ਚਾਹੀਦਾ ਹੈ, ਖਾਸ ਕਰ ਮੀਂਹ ਦੇ ਸਮੇਂ ਦੇ ਵਿੱਚ, ਠੀਕ ਹੈ ਜੀ, ਜ਼ਰੂਰੀ ਹੈ। ਮਤਲਬ ਕਿੰਨਾ ਗਲਤ ਸਵਾਲ ਸਾਨੂੰ ਦੱਸ ਰਿਹਾ ਹੈ, ਇਹ ਗਲਤ ਸਵਾਲ ਹੈ, ਫਾਲਸੋ ਹੈ। ਤੋ ਅਗਲਾ ਹੈ ਜੀ ਇਨ ਪ੍ਰਜੈਂਸਾ ਦਿਲ ਸਿਨਿਆਲੇ, ਇਹ ਨਿਸ਼ਾਨ ਤੁਹਾਨੂੰ ਇਹ ਦੱਸਦਾ ਜਿੱਥੇ ਵੀ ਇਹ ਨਿਸ਼ਾਨ ਮੌਜੂਦ ਹੋਵੇ। ਰਫੀਗਰਾਤੋ ਇਹ ਨੈਚੇ ਸਾਰੀਓ ਚੈਲਰਾਰੇ ਬਰੂਸ਼ਾ ਮਿਹਨਤੇ ਇਨ ਕਾਜ਼ੋ ਦੀ ਪਿਓਜਾ। ਉਹ ਕਹਿੰਦਾ ਕਿ ਜਿੱਥੇ ਵੀ ਸਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ ਉਸ ਨਿਸ਼ਾਨ ਤੋਂ ਬਾਅਦ ਤੁਸੀਂ ਅਗਰ ਮੀਂਹ ਪੈ ਰਿਹਾ ਹੈ, ਖਾਸ ਕਰ ਮੀਂਹ ਦੇ ਟਾਈਮ ਦੇ ਵਿੱਚ ਜਿਹੜੀ ਗੱਡੀ ਦੀ ਇੱਕਦਮ ਸਪੀਡ ਦੇਣੀ ਹੈ, ਇੱਕਦਮ ਤੁਸੀਂ ਗੱਡੀ ਨੂੰ ਤੇਜ਼ ਕਰਕੇ ਚਲਾਉਣਾ ਹੈ, ਵੀ ਕੋਈ ਗਲਤ ਸਵਾਲ ਹੈ ਜੀ? ਇੱਦਾਂ ਕਰੋਗੇ ਤਾਂ ਗੱਡੀ ਜਿਹੜੀ ਸਲਿੱਪ ਮਾਰੇਗੀ, ਗੱਡੀ ਕਿਸੇ ਆਸੇ ਪਾਸੇ ਟਕਰਾ ਸਕਦੀ ਹੈ ਕਿਸੇ ਚੀਜ਼ ਦੇ ਨਾਲ। ਅਗਲਾ ਸਵਾਲ ਹੈ ਜੀ ਇਨ ਪ੍ਰਜੈਂਸਾ ਦਿਲ ਸੁਨੇਲੇ ਰਫੀਗਰਾ ਤੋਂ ਇਹ ਸੈਂਪਰੇ ਵੇਤਾ ਤੋਂ ਇਲ ਸੁਰਪਾਸੋ ਕੁਆਂਦੋ ਪਿਓਵੇ। ਉਹ ਕਹਿੰਦਾ ਕਿ ਜਿੱਥੇ ਵੀ ਸਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ, ਇਹ ਨਿਸ਼ਾਨ ਇਹ ਦੱਸਦਾ ਹੈ ਕਿ ਜਦੋਂ ਮੀਂਹ ਪੈ ਰਿਹਾ ਹੋਵੇ ਪਿਓਵੇ, ਮਤਲਬ ਮੀਂਹ ਜਿਹੜਾ ਬਾਰਿਸ਼ ਹੋ ਰਹੀ ਹੈ ਉਸ ਟਾਈਮ ਜਿਹੜੀ ਵੀ ਇਹ ਤੱਤ ਹੁੰਦੀ ਹੈ ਗੱਡੀ ਨੂੰ ਦੂਜੀ ਗੱਡੀ ਓਵਰਟੇਕ ਕਰਦੀ ਹੈ ਉਹ ਮਨਾ ਹੁੰਦੀ ਹੈ, ਮਤਲਬ ਤੁਸੀਂ ਸੁਰਪਾਸੋ ਨਹੀਂ ਕਰ ਸਕਦੇ। ਗਲਤ ਹੈ ਜੀ, ਇਸ ਤਰ੍ਹਾਂ ਨਹੀਂ ਹੁੰਦਾ, ਇਸ ਨਿਸ਼ਾਨ ਦਾ ਮਤਲਬ ਇਹ ਬਿਲਕੁਲ ਨਹੀਂ ਹੈ। ਅਗਲਾ ਸਵਾਲ ਇਨ ਪ੍ਰਜੈਂਸਾ ਦਿਲ ਸੁਨੇਲੇ ਰਫੀਗਰਾ ਤੋਂ ਇਹ ਨੈਚੇਸਾਰੀਓ ਫਰੇਨਾ ਰੇ ਬਰੂਸ਼ਾ ਮਿਹਨਤੇ ਇਨ ਕਾਜ਼ੋ ਦੀ ਗਿਆਚੋ। ਉਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ ਇਹ ਨਿਸ਼ਾਨ ਇਹ ਦਰਸਾਉਂਦਾ ਹੈ ਕਿ ਨੈਚੇ ਸਾਰੀ ਉਮਰ ਜ਼ਰੂਰੀ ਹੈ ਫਿਰ ਨਾਰੇ ਬਰੂਸ਼ਾ ਮਹਿੰਦੇ ਇਨ ਕਾਜ਼ੋ ਦੀ ਪਿਓਜੋ, ਕਾਜ਼ੋ ਦੀ ਗਿਆਚੋ, ਕਿ ਉਹ ਕਹਿੰਦਾ ਜ਼ਰੂਰੀ ਹੈ ਜਦੋਂ ਸੜਕ ਦੇ ਉੱਤੇ ਬਰਫ਼ ਪਈ ਹੋਵੇ ਉਸ ਟਾਈਮ ਤੁਸੀਂ ਜਦੋਂ ਬ੍ਰੇਕ ਮਾਰਨੀ ਹੈ ਗੱਡੀ ਦੀ ਇੱਕਦਮ ਬ੍ਰੇਕ ਮਾਰਨੀ ਹੈ ਜ਼ੋਰ ਦੇ ਨਾਲ ਬ੍ਰੇਕ, ਤਾਂ ਕਿ ਜਿਹੜੀ ਗੱਡੀ ਹੈ ਜੀ ਤੁਹਾਡੀ ਦੂਜੀ ਗੱਡੀ ਦੇ ਵਿੱਚ ਜਾ ਕੇ ਲੱਗੇ। ਪੁੱਠੀ ਸਲਾਹ ਦੇ ਰਹੇ ਹਨ ਅਤੇ ਪਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ ਕਿ ਜਿਹੜਾ ਸਵਾਲ ਹੈ ਇਹ ਗਲਤ ਹੈ। ਇਸੇ ਕਰਕੇ ਤੁਹਾਨੂੰ ਵਾਰ ਵਾਰ ਕਹੀਦਾ ਹੈ ਕਿ ਤੁਸੀਂ ਸਵਾਲਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਟੱਡੀ ਕਰੋ, ਕਿਉਂਕਿ ਜਿੰਨਾ ਸਵਾਲ ਤੁਹਾਨੂੰ ਅਸੀਂ ਇੱਕ ਇੱਕ ਸਵਾਲ ਦੇ ਉੱਤੇ ਪੂਰੀ ਤਰ੍ਹਾਂ ਦੱਸ ਰਹੇ ਹਾਂ ਉਸਦਾ ਮਤਲਬ ਵੀ ਦੱਸੀਦਾ ਹੈ ਅਤੇ ਨਾਲ ਤੁਹਾਨੂੰ ਇਹ ਵੀ ਦੱਸੀਦਾ ਹੈ ਕਿ ਜਿਹੜਾ ਤੁਹਾਡਾ ਕੰਪੋਰਟਮੈਂਟ ਹੈ ਜੀ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਤਾਂ ਕਿ ਤੁਸੀਂ ਚੰਗੇ ਡਰਾਈਵਰ ਬਣ ਸਕੋ। ਹੁਣ ਅਗਲਾ ਹੈ ਜੀ ਇਲਸਨ ਵਾਲੇ ਰਫੀਗਰਾ ਤੋਂ ਵੀ ਤਾਇਲ ਟ੍ਰਾਂਜ਼ਿਟ ਤੋਂ ਆਈ ਵੀ ਕੋਲੀ ਕੌਣ ਰੋਤੇ ਸਪੋਰਕੇ ਦੀ ਫਾਂਗੋ। ਉਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ ਉਸ ਜਗ੍ਹਾ ਦੇ ਉੱਤੇ ਜਿਨ੍ਹਾਂ ਗੱਡੀਆਂ ਦੇ ਸਪੋਰਕੇ ਦੀ ਫਾਂਗੋ ਹੁੰਦਾ ਹੈ ਰੋਤੇ ਸਪੋਰਕੇ ਦੀ ਫਾਂਗੋ, ਇਹਦਾ ਮਤਲਬ ਕੀ ਹੁੰਦਾ ਹੈ?
ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਟਾਇਰ ਹਨ ਗੱਡੀਆਂ ਦੇ ਉਹਨਾਂ ਵਿੱਚ ਅਗਰ ਕੋਈ ਮਿੱਟੀ ਵਗੈਰਾ ਲੱਗੀ, ਜੋ ਤੁਸੀਂ ਦੇਖਦੇ ਹੋ ਪਿੰਡਾਂ ਦੇ ਵਿੱਚ ਆਪਣੇ, ਜਦੋਂ ਆਪਾਂ ਟਰੈਕਟਰਾਂ ਵਗੈਰਾ ਨਾਲ ਹਲ ਵਾਹੁੰਦੇ ਹਾਂ ਜਾਂ ਖੇਤਾਂ ਵਿੱਚ ਆਪਾਂ ਟਰੈਕਟਰਾਂ ਨਾਲ ਕੰਮ ਕਰਦੇ ਹਾਂ, ਜਦੋਂ ਖੇਤਾਂ ਵਿੱਚ ਮਿੱਟੀ ਗਿੱਲੀ ਹੁੰਦੀ ਹੈ, ਅਤੇ ਕਈ ਵਾਰ ਜਦੋਂ ਫਿਰ ਟਰੈਕਟਰ ਆਪਾਂ ਖੇਤ ਦੇ ਵਿੱਚੋਂ ਬਾਹਰ ਸੜਕ ਦੇ ਉੱਤੇ ਚੜਾਉਂਦੇ ਹਾਂ ਤਾਂ ਟਰੈਕਟਰ ਦੇ ਟਾਇਰਾਂ ਦੇ ਨਾਲ ਕੁਝ ਮਿੱਟੀ ਲੱਗੀ ਹੁੰਦੀ ਹੈ, ਉਹ ਕਈ ਵਾਰ ਸੜਕ ਦੇ ਉੱਤੇ ਆ ਕੇ ਡਿੱਗ ਪੈਂਦੇ ਆ, ਮਿੱਟੀ ਦੇ ਢੇਲੇ ਜਿਹੜੇ ਹੁੰਦੇ ਹਨ, ਢੇਲੇ ਜਿਸ ਨੂੰ ਆਪਾਂ ਕਹਿੰਦੇ ਹਾਂ, ਉਸ ਨੂੰ ਹੀ ਕਹਿੰਦੇ ਹਨ ਸਪੁਰਕੀ ਦੀ ਫਾਂਗੋ। ਠੀਕ ਹੈ ਜੀ, ਉਹ ਕਹਿੰਦਾ ਕਿ ਜਿੱਥੇ ਵੀ ਨਿਸ਼ਾਨ ਤੁਹਾਨੂੰ ਦਿਖਾਈ ਦਿੰਦਾ ਹੈ ਉੱਥੇ ਇਹੋ ਜਿਹੀਆਂ ਗੱਡੀਆਂ ਮਨਾਹੀ ਹੁੰਦੀ ਹੈ ਉਹਨਾਂ ਦੀ, ਜਿਨ੍ਹਾਂ ਦੇ ਟਾਇਰ ਜਿਹੜੇ ਹਨ ਉਹ ਗੰਦੇ ਮਿੱਟੀ ਨਾਲ ਗੰਦੇ ਹੋਏ ਹੁੰਦੇ ਹਨ। ਗਲਤ ਸਵਾਲ ਹੈ ਜੀ, ਇਸ ਤਰ੍ਹਾਂ ਇਸਦਾ ਮਤਲਬ ਬਿਲਕੁਲ ਨਹੀਂ ਹੁੰਦਾ। ਇਸ ਟੋਪਿਕ ਦਾ ਲਾਸਟ ਸਵਾਲ ਹੈ ਜੀ, ਇਨ ਪ੍ਰਜੈਂਸਾ ਦੇ ਸੁਨੇਲੇ ਰਫੀਗਰਾਤੋ ਇਹਨੇ ਚੇ ਸਾਰਿਓ ਮੁਨਤਾਰੇ ਲੇਖ ਤੇ ਨੇ। ਮੁਨਤਾਰੇ, ਮੁਨਤਾਰੇ ਮੈਨੇ ਹੁੰਦਾ ਕਿ ਚੜਾਉਣਾ ਕਿਸੇ ਚੀਜ਼ ਨੂੰ, ਠੀਕ ਹੈ ਜੀ, ਕਿਸੇ ਚੀਜ਼ ਨੂੰ ਮਤਲਬ ਫਿੱਟ ਕਰਨਾ। ਲੇਖ ਤੇਨੇ ਕੀ ਹੁੰਦੇ ਆ, ਲੇਖ ਤੇਨੇ ਹੁੰਦੇ ਚਾਈਨਾ, ਜਿਹੜੀਆਂ ਆਪਾਂ ਚਾਈਨਾ ਟਾਇਰਾਂ ਦੇ ਉੱਤੇ ਚੜਾਉਂਦੇ ਹਾਂ, ਜਦੋਂ ਕਿ ਆਪਾਂ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਂਦੇ ਹਾਂ ਜਾਂ ਆਟੋਸਟਰਾਦਾ 'ਤੇ ਚੱਲਦੇ ਹਾਂ, ਬਰਫ਼ ਪਈ ਹੋਵੇ ਤਾਂ ਆਪਾਂ ਨੂੰ ਉਸ ਟਾਈਮ ਚਾਈਨਾ ਜਿਹੜੀਆਂ ਲਾਉਣੀਆਂ ਪੈਂਦੀਆਂ। ਜੇ ਆਪਣੇ ਜਿਹੜੇ ਗੱਡੀਆਂ ਦੇ ਟਾਇਰ ਹੁੰਦੇ ਨੇ ਉਹ ਸਰਦੀਆਂ ਵਾਲੇ ਨਾ ਹੋਣ, ਅਗਰ ਆਪਣੇ ਗਰਮੀਆਂ ਵਾਲੇ ਟਾਇਰ ਨੇ ਗੱਡੀ ਦੇ ਤਾਂ ਆਪਾਂ ਨੂੰ ਚਾਈਨਾ ਵਗੈਰਾ ਲਾਉਣੀਆਂ ਪੈਂਦੀਆਂ ਨੇ। ਇਹਦੇ ਬਾਰੇ ਵੀ ਸਾਨੂੰ ਡਿਟੇਲ ਦੇ ਵਿੱਚ ਦੱਸਾਂਗੇ, ਕਿਉਂਕਿ ਡਰਾਈਵਿੰਗ ਲਾਇਸੈਂਸ ਲੈਣ ਤੋਂ ਬਾਅਦ ਵੀ ਕੁਝ ਇੱਕ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਵੇਂ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਬਾਅਦ ਵਿੱਚ ਜਾ ਕੇ ਪਤਾ ਲੱਗਦੀਆਂ ਹਨ, ਅਤੇ ਕਈ ਵਾਰ ਉਹਨਾਂ ਦਾ ਨੁਕਸਾਨ ਵੀ ਬਹੁਤ ਹੋ ਜਾਂਦਾ। ਇਹ ਗੱਲਾਂ ਤੁਹਾਨੂੰ ਵੱਖਰੀਆਂ ਇਸੇ ਚੈਨਲ ਦੇ ਉੱਤੇ ਤੁਹਾਨੂੰ ਦੱਸਿਆ ਕਰਾਂਗੇ। ਪਹਿਲਾਂ ਆਪਾਂ ਇਸ ਨਿਸ਼ਾਨ ਦਾ ਮਤਲਬ ਸਮਝਦੇ ਹਾਂ, ਇਹ ਪ੍ਰਜੈਂਸਾ ਦੇ ਸਿਨਲੇ ਰਫੀਗਰਾ ਤੋਂ ਇਹ ਨੈਚੇ ਸਾਰਿਓ ਮੁਨਤਾਰੇ ਲਿਖ ਦਿੰਦੇ। ਉਹ ਕਹਿੰਦਾ ਕਿ ਜਿੱਥੇ ਵੀ ਤੁਹਾਨੂੰ ਇਹ ਨਿਸ਼ਾਨ ਦਿਖਾਈ ਦਿੰਦਾ ਹੈ, ਇਹ ਨਿਸ਼ਾਨ ਇਹ ਦੱਸਦਾ ਹੈ ਕਿ ਤੁਸੀਂ ਜਿਹੜਾ ਹੈ ਜੀ ਟਾਇਰਾਂ ਦੇ ਉੱਤੇ ਕਤੇਨੇ ਚੈਨਾਂ ਜਿਹੜੀਆਂ ਹਨ ਉਹ ਚੜਾਉਣੀਆਂ ਹਨ। ਠੀਕ ਹੈ ਜੀ, ਜ਼ਰੂਰੀ ਹਨ, ਨੈਚੇ ਸਾਰੀ ਚੜਾਉਣੀਆਂ ਚਾਹੀਦੀਆਂ। ਗਲਤ ਸਵਾਲ ਹੈ ਜੀ, ਇਸ ਤਰ੍ਹਾਂ ਆਪਣਾ ਜਿਹੜਾ ਟੋਪਿਕ ਹੈ ਜੀ ਕੰਪਲੀਟ ਹੁੰਦਾ ਹੈ, 70 ਭਾਗ ਆਪਣੇ ਹੋ ਚੁੱਕੇ ਹਨ। ਅਤੇ ਕੋਸ਼ਿਸ਼ ਇਹੀ ਕਰੀਓ ਕਿ ਜੇ ਤੁਸੀਂ ਵਾਕਿਆ ਹੀ ਸੀਰੀਅਸ ਹੋ ਲਾਇਸੈਂਸ ਲੈਣ ਦੇ ਵਾਸਤੇ, ਅਤੇ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਕੋਈ ਵਟਸਐਪ 'ਤੇ ਕਿਸੇ ਨਾਲ ਕੋਈ ਕਲਾਸਾਂ ਵਗੈਰਾ ਲਾਵੋ ਜਾਂ ਸਕੂਲ ਦੇ ਵਿੱਚ ਜਾ ਕੇ ਟਾਈਮ ਖਰਾਬ ਕਰੋ, ਤਾਂ ਕੁਝ ਸਮਾਂ ਜਿਹੜਾ ਤੁਹਾਨੂੰ ਉਹ ਖਰਾਬ ਤਾਂ ਕਰਨਾ ਹੀ, ਖਰਾਬ ਨਹੀਂ ਆਪਾਂ ਇਸ ਨੂੰ ਕਹਿ ਸਕਦੇ, ਕੁਝ ਸਮਾਂ ਤਾਂ ਤੁਹਾਨੂੰ ਜਿਹੜਾ ਹੈ ਜੀ ਉਹ ਦੇਣਾ ਹੀ ਪਏਗਾ। ਫਿਰ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਹੀ ਜਿਹੜੀਆਂ ਇਹ ਤੁਹਾਨੂੰ 70 ਭਾਗ ਕਰਾਏ ਹਨ, ਤੁਸੀਂ ਇਹਨਾਂ ਦੀ ਸਟੱਡੀ ਕਰ ਸਕਦੇ ਹੋ। ਇਹਦੇ ਵਿੱਚ ਅਸੀਂ ਇੱਕ ਚੀਜ਼ ਹੋਰ ਖਿਆਲ ਰੱਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਲੋਕਾਂ ਦੇ ਕੋਲ ਮੋਬਾਈਲ ਵਗੈਰਾ ਹੁੰਦੇ ਨੇ, ਅਤੇ ਜਿਹੜਾ ਆਪਣਾ ਲੈਸਨ ਹੁੰਦਾ ਜੀ ਇਸ ਹਿਸਾਬ ਨਾਲ ਬਣਾਇਆ ਜਾ ਰਿਹਾ ਹੈ, ਅਸੀਂ ਇਸ ਹਿਸਾਬ ਦੇ ਨਾਲ ਆਪ ਜੀ ਦੇ ਅੱਗੇ ਸਾਰਾ ਕੁਝ ਲੈ ਕੇ ਆਉਂਦੇ ਹਾਂ ਕਿ ਤੁਹਾਨੂੰ ਮੋਬਾਈਲ ਦੇ ਵਿੱਚ ਵੀ ਵੱਡੇ ਅੱਖਰ ਜਿਹੜੇ ਦਿਖਾਈ ਦੇਣ, ਤੁਸੀਂ ਇਸ ਚੀਜ਼ ਦਾ ਫਰਕ ਆਪਣੇ ਆਪ ਹੀ ਦੇਖ ਸਕਦੇ ਹੋ ਕਿ ਤੁਹਾਨੂੰ ਰੰਗੀਨ ਅੱਖਰ ਦਿਖਾਈ ਦਿੰਦੇ ਨੇ ਹਰੇ ਜਾਂ ਰੈੱਡ ਕਲਰ ਦੇ ਵਿੱਚ, ਔਰ ਜਿਹੜੇ ਵੱਡੇ ਅੱਖਰ ਹਨ ਮੋਬਾਈਲ ਦੀ ਸਕਰੀਨ ਉੱਤੇ ਦਿਖਾਈ ਦਿੰਦੇ ਨੇ। ਸਾਰਾ ਕੁਝ ਸੋਚ ਸਮਝ ਕੇ ਹੀ ਬਣਾਇਆ ਜਾ ਰਿਹਾ ਤੁਹਾਡੇ ਹੀ ਵਾਸਤੇ, ਤਾਂ ਕਿ ਤੁਸੀਂ ਆਪਣੇ ਮੋਬਾਈਲ ਤੋਂ ਹੀ ਸਟੱਡੀ ਕਰ ਸਕੋ ਅਤੇ ਹੋਰ ਕਿਤੇ ਵੀ ਜਾ ਕੇ ਕੋਈ ਪੈਸਾ ਵਗੈਰਾ ਨਾ ਖਰਚ ਕਰੋ। ਤਾਂ ਵੀਡੀਓ ਦੇਖੀ ਧੰਨਵਾਦ ਜੀ। ਬਾਕੀ ਇੱਕ ਬੇਨਤੀ ਹੋਰ ਹੈ ਕਿ ਜੇ ਤੁਸੀਂ ਸਾਡੇ ਚੈਨਲ ਦੇ ਬਾਰੇ ਜਾਣਦੇ ਹੋ, ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਤੇ ਵੀਡੀਓ ਜਿਹੜੀਆਂ ਹਨ ਜੀ ਲੋਡ ਕੀਤੀਆਂ ਜਾ ਰਹੀਆਂ ਲਾਇਸੈਂਸ ਦੇ ਨਾਲ ਸੰਬੰਧ, ਪਰੰਤੂ ਇੱਕ ਚੀਜ਼ ਇਹ ਹੈ ਕਿ ਜਿਹੜਾ ਸਾਡਾ ਚੈਨਲ ਹੈ ਜੀ ਬਹੁਤ ਛੋਟਾ ਜਿਹਾ ਚੈਨਲ ਹੈ, ਮਤਲਬ ਇਟਲੀ ਦਾ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਛੋਟੇ ਜਿਹੜੇ ਚੈਨਲ ਹਨ ਉਹ ਸਾਡੇ ਹੀ ਹਨ। ਠੀਕ ਹੈ ਜੀ, ਸਭ ਤੋਂ ਘੱਟ ਦੇਖੇ ਜਾਣ ਵਾਲੇ ਚੈਨਲ ਵੀ ਸਾਡੇ ਆ ਅਤੇ ਛੋਟੇ ਚੈਨਲ ਵੀ ਜਿਹੜੇ ਹਨ ਸਾਡੇ ਹਨ। ਅਤੇ ਤੁਸੀਂ ਸਾਡੀ ਇੱਕ ਮਦਦ ਕਰ ਸਕਦੇ ਹੋ ਕਿ ਇਹਨਾਂ ਚੈਨਲ ਨੂੰ ਦੂਜੇ ਲੋਕਾਂ ਤੱਕ ਵੀ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਜਿਹੜੇ ਹੋਰ ਲੋਕ ਵੀ ਸਟੱਡੀ ਵਗੈਰਾ ਕਰਨੀ ਚਾਹੁੰਦੇ ਨੇ ਲਾਇਸੈਂਸ ਦੀ, ਉਹਨਾਂ ਦੇ ਫਾਇਦੇ ਵਾਸਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਸਕੇ ਅਤੇ ਉਹ ਜਿਹੜੇ ਲੋਕ ਹਨ ਲੁੱਟ ਖਸੁੱਟ ਤੋਂ ਬਚ ਸਕਣ ਅਤੇ ਉਹਨਾਂ ਨੂੰ ਕੋਈ ਵੀ ਜਿਹੜਾ ਪੈਸਾ ਵਗੈਰਾ ਪੇ ਨਾ ਕਰਨਾ ਪਵੇ ਅਤੇ ਉਹ ਨੋਰਮਲ ਫਰੀ ਤਰੀਕੇ ਦੇ ਨਾਲ ਜਿਹੜੀ ਸਟੱਡੀ ਵਗੈਰਾ ਕਰ ਸਕਣ। ਬਾਕੀ ਤੁਸੀਂ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੇ ਵੀਡੀਓ ਦੇਖੀ, ਕਿਉਂਕਿ ਬਜ਼ੁਰਗ ਲੋਕ ਵੀ ਸਾਡੀਆਂ ਵੀਡੀਓ ਦੇਖਦੇ ਹਨ ਅਤੇ ਬੱਚੇ ਵੀ ਦੇਖਦੇ ਹਨ ਅਤੇ ਵੀਰ ਭੈਣ ਤਾਂ ਦੇਖਦੇ ਹਨ, ਕਿਉਂਕਿ ਉਹਨਾਂ ਨੇ ਤਾਂ ਜਿਹੜਾ ਇਸ ਉਮਰ ਦੇ ਵਿੱਚ ਲਾਇਸੈਂਸ ਵੀ ਲੈਣਾ ਹੈ। ਅਤੇ ਇੱਕ ਵਾਰ ਫਿਰ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ